ਬਾਬੇ ਕੀ ਨਾਮ ਹੈ ਆਪਣਾ ਚਿਤਪਾਲ ਸਿੰਘ ਹੈ ਜੀ ਕੀ ਹੋਇਆ ਸੀਗਾ ਕੀ ਲੱਗਦੀ ਸੀ ਤੁਹਾਡੀ ਅਮ੍ਰਿਤ ਤੱਕ ਸਾਡੀ ਰਿਤ ਭਰਜਾਈ ਸੀ ਜੀ ਕੀ ਨਾਮ ਸੀ ਇਹਨਾਂ ਦਾ ਇਹ ਰਜਿੰਦਰ ਕੌਰ ਤੋਂ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਕੀ ਹੋਇਆ ਹੈ ਇਹ ਸਾਨੂੰ ਤਾਂ ਸਵੇਰੋ ਜਬ ਜਾਰੀ ਗੋਹਾ ਚੱਕਣ ਵਾਲੀ ਹੈ ਉਤੇ ਪਤਾ ਲੱਗਿਆ ਸਾਨੂੰ ਕਿੰਨੇ ਕੁ ਵਜੇ ਪਤਾ ਲੱਗਿਆ ਸਾਨੂੰ ਤਕਰੀਬਨ 6:30 ਵਜੇ ਪਤਾ ਲੱਗਿਆ ਇਹ ਸਵੇਰੇ ਧਾਰ ਚੋਂ ਆਈ ਸੀਗੇ ਉਰੇ ਹਾਂ ਧਾਰਾਂ ਚੋਂ ਦੀ ਜੀ ਕਿੰਨੇ ਕੁ ਵਜੇ ਆਉਂਦੇ ਸੀਗੇ ਇਹ ਤਾਂ ਹੁਣ 4 ਵਜੇ 4:30 ਵਜੇ ਉੱਠ ਖੜਦੀ ਮੈਂ ਸਾਨੂੰ ਚੋਣੇ ਦੇ ਟਾਈਮ ਤਾਂ ਤਕਰੀਬਨ ਸਾਬ ਹੋ ਜਾਂਦੀ ਸੀਗੇ ਹਾਂ ਰੋਜ਼ ਆਉਂਦੀ ਸੀ ਤੇ ਇਹ ਜਿਹੜੀ ਗੋਹਾ ਚੱਕਣ ਵਾਲੀ ਉਹ ਕਿੰਨੇ ਵਜੇ ਆਉਂਦੀ ਸੀ ਉਹ ਤਕਰੀਬਨ ਉਹ 6 ਵਜੇ ਵੀ ਆ ਜਾਂਦੀ ਸੀ ਕਦੇ 6:30 ਵੀ ਆ ਜਾਂਦੀ ਸੀ ਕਦੇ 5:30 ਵਜੇ ਵੀ ਆ ਜਾਂਦੀ ਸੀ ਉਹਨਾਂ ਕੀ ਦੱਸਿਆ ਤੁਹਾਨੂੰ ਉਹਰੇ ਤਾਂ ਜੱਟ ਗਿਰੀ ਵੀ ਦੇਖੀ ਨਾ ਜੀ ਉਹ ਡਰ ਗਈ ਉਹ ਆਪੇ ਗਿਰ ਗਈ ਇਹ ਪਹਿਲਾਂ ਹੌਸ਼ ਵਿੱਚ ਸੀ ਕੁਝ ਕਿ ਨਹੀਂ ਕਿ ਮ੍ਰਿਤਕ ਪਈ ਸੀਗੀ ਉਹਰੇ ਬੋਡੀ ਜਦੋਂ ਆਈ ਜਦ ਪਈ ਸੀ ਜੀ ਜਦ ਪਈ ਸੀਗੀ ਹਾਂ ਹਾਂ ਜੀ ਗੇਟ ਗੁੜ ਖੁੱਲੇ ਪਏ ਸੀਗੇ ਬੰਦ ਸੀਗੇ ਉਹ ਤਾਂ ਜੀ ਮੈਂ ਤਾਂ ਬਾਅਦ ਮ ਆਇਆ ਪਹਿਲਾਂ ਤਾਂ ਉਸੇ ਨੇ ਗੇਟ ਉਹ ਆਂ ਹੀ ਖੋਲਣ ਲੱਗੀ ਇੱਧਰ ਆਇਓ ਜ਼ਿਲ੍ਹਾ ਮੋਹਾਲੀ ਪਿੰਡ ਬੜੋਦੀ ਕੁਰਾਲੀ ਨੇੜੇ ਸਵੇਰੇ ਤੜਕੇ ਸਾਰ ਹੀ ਇੱਕ ਔਰਤ ਦਾ ਬੜੀ ਬਹਿਰਮੀਨ ਦੇ ਨਾਲ ਕਤਲ ਕਰ ਦਿੱਤਾ ਗਿਆ ਸਾਡੇ ਨਾਲ ਮੌਜੂਦ ਨੇ ਪਿੰਡ ਦੇ ਸਰਪੰਚ ਮਨਮੋਹਨ ਸਿੰਘ ਜੀ ਮਾਵੀ ਮਾਵੀ ਸਾਹਿਬ ਦੱਸੋ ਕੀ ਉਹ ਵਾਕਿਆ ਹੋਇਆ ਹੈ ਚਲੋ ਜੀ ਇਹਨਾਂ ਦੇ ਪਰਿਵਾਰ ਦਾ ਫੋਨ ਆਇਆ ਮੈਨੂੰ ਮੈਂ ਦਿੱਲੀ ਗਿਆ ਸੀ ਫੈਮਿਲੀ ਨਾਲ ਫੈਮਿਲੀ ਨੂੰ ਡਰੋਪ ਕਰਨ ਗਿਆ ਸੀ ਬਾਹਰ ਜਾ ਰਹੇ ਸੀ ਅਤੇ ਆਇਆ ਫੋਨ ਆਇਆ ਵੀ ਜਦੋਂ ਇਹ ਕੰਮ ਕਰਨ ਵਾਲੀ ਜਿਹੜੀ ਗੋਹਾ ਚੱਕਣ ਵਾਲੀ ਆਈ ਹੈ ਬਾੜੇ ਦੇ ਵਿੱਚ ਉਹਨਾਂ ਦੇ ਗੋਹਾ ਚੱਕਣ ਉਦੋਂ ਉਹਨੇ ਦੇਖਿਆ ਅਤੇ ਜਿਹੜੀ ਹਰਜਿੰਦਰ ਕੌਰ ਹੈ ਪਤਨੀ ਸਵਰਗਵਾਸੀ ਖਜਾਨ ਸਿੰਘ ਅਤੇ ਉਹ ਮੂੰਹ ਭਰ ਪਈ ਸੀ ਅਤੇ ਕਿਸੇ ਨੇ ਟੱਕ ਮਾਰਿਆ ਹੋਇਆ ਸੀ ਬੁਰੀ ਤਰ੍ਹਾਂ ਗਰਦਨ 'ਤੇ ਅਤੇ ਉਹ ਉਹਨਾਂ ਨੂੰ ਕਲੀਅਰ ਨਹੀਂ ਸੀ ਉਦੋਂ ਤਾਂ ਵੀ ਇਹ ਮਰ ਚੁੱਕੀ ਹੈ ਜਾਣੀ ਉਹਨਾਂ ਦੇ ਪਰਿਵਾਰ ਜਾ ਕੇ ਪਰਿਵਾਰ ਨੂੰ ਉਹਨਾਂ ਨੂੰ ਉਠਾਇਆ ਵੀ ਤੁਹਾਡੇ ਵੀ ਤੁਹਾਡੀ ਨੂੰਹ ਦੇ ਤੁਹਾਡੀ ਦੇ ਕਿਸੇ ਨੇ ਸੱਟ ਮਾਰੀ ਹੈ ਵੀ ਆ ਮੱਝ ਨਾਲ ਵੱਜੀ ਸੱਟੇ ਆ ਕਿਸੇ ਨੇ ਕਤਲ ਕਰਿਆ ਇਹ ਤਾਂ ਉਹਨਾਂ ਨੇ ਆ ਕੇ ਦੱਸਿਆ ਉੱਥੇ ਜਾ ਕੇ ਉਹ ਚਲੋ ਉਹ ਗਏ ਸਾਰੇ ਪਰਿਵਾਰ ਉੱਠ ਕੇ ਆਏ ਉਹਨਾਂ ਨੇ ਦੇਖਿਆ ਫਿਰ ਉਹਨਾਂ ਨੇ ਮੈਨੂੰ ਮੇਰੇ ਘਰ ਪਹੁੰਚੇ ਮੈਂ ਤਾਂ ਦਿੱਲੀ ਰਸਤੇ 'ਚੋਂ ਆ ਰਿਹਾ ਸੀ ਅਤੇ ਮੈਂ ਫਿਰ ਪੁਲਿਸ ਪ੍ਰਸ਼ਾਸਨ ਨੂੰ ਫੋਨ ਕੀਤਾ ਵੀ ਤੁਸੀਂ ਆ ਕੇ ਮੌਕਾ ਦੇਖੋ ਕਿ ਜੇ ਤੇਜ਼ ਹਥਿਆਰ ਕੋਈ ਮੌਕੇ ਦਾ ਹਥਿਆਰ ਮਿਲਿਆ ਨਹੀਂ ਹਥਿਆਰ ਧਾੜ ਲੱਗ ਗਈ ਵੀ ਸੀਗੀ ਨਹੀਂ ਧਾੜ ਲੱਗ ਨਹੀਂ ਕਾਫੀ ਡੀਪ ਹੈ ਵੈਸੇ ਬਹੁਤ ਜ਼ਿਆਦਾ ਡੀਪ ਹੈ ਕਿੰਨੇ ਕੁ ਨਿਸ਼ਾਨ ਨੇ ਦੇਖਦੇ ਹੋ 21 ਨਿਸ਼ਾਨ ਅਸੀਂ ਤਾਂ ਦੇਖਿਆ ਗਰਦਨ ਵਾਲਾ ਜਿਹੜਾ ਕਾਫੀ ਜ਼ਿਆਦਾ ਡੀਪ ਹੈ ਆਲਮੋਸਟ ਹਾਫ ਤਾਂ ਹੈ ਹੀ ਹੈ ਗਰਦਨ ਹਾਫ ਤੱਕ ਕੱਟੀ ਹੋਈ ਹੈ ਸੀਸੀਟੀਵੀ ਦੇਖੀ ਮੌਕੇ ਸੀਸੀਟੀਵੀ 'ਚ ਆ ਰਿਹਾ ਹੈ ਕੋਈ ਬੰਦਾ ਆ ਰਿਹਾ ਹੈ ਅਸੀਂ ਸੀਸੀਟੀਵੀ ਦੇਖਿਆ ਗੁਆਂਢੀਆਂ ਦੇ ਲੱਗਿਆ ਹੋਇਆ ਹੈ ਪ੍ਰਿਤਪਾਲ ਸਿੰਘ ਦੇ ਇਹਨਾਂ ਦੇ ਸੀਸੀਟੀਵੀ ਰਾਹੀਂ ਦੇਖਿਆ ਅਤੇ ਉਹ ਬੰਦਾ ਇਹਦੇ ਘਰ ਦੇ ਬੈਕ ਸਾਈਡ ਤੋਂ ਸਾਡੇ ਗੁੰਨੋ ਮੱਜਰੇ ਇੱਧਰ ਤੋਂ ਰੋਡ ਆ ਰਹੀ ਹੈ ਉਸ ਰੋਡ ਤੋਂ ਆ ਕੇ ਅੰਦਰ ਐਂਟਰ ਹੁੰਦਾ ਉਹਦੇ ਹੱਥ ਵਿੱਚ ਵੀ ਇੱਕ ਤੇਜ਼ਧਾਰ ਹਥਿਆਰ ਹੈ ਕੋਈ ਉਹਦੇ ਨਾਲ ਸਾਨੂੰ ਸ਼ੱਕ ਹੈ ਵੀ ਉਹਨੇ ਕੱਟਿਆ ਗਿਆ ਪ੍ਰਸ਼ਾਸਨ ਨਾਲ ਕੀ ਗੱਲਬਾਤ ਹੋਈ ਹੈ ਪ੍ਰਸ਼ਾਸਨ ਲੱਗੇ ਹੋਏ ਦੇਖੋ ਜਦੋਂ ਦਾ ਇੱਕ ਫੋਨ ਕਰਿਆ 10-15 ਮਿੰਟ ਦੇ ਵਿੱਚ ਪਹੁੰਚ ਗਈ ਆਲਮੋਸਟ ਇੰਨਾ ਟਾਈਮ ਲੱਗੀ ਜਾਂਦਾ ਲੋਕਲ ਥਾਣਾ ਹੈ ਨਾ ਅਤੇ ਆਇਆ ਅਤੇ DSP ਸਾਹਿਬ ਵੀ SHO ਸਾਹਿਬ ਵੀ ਆ ਚੁੱਕੇ ਉਹ ਮੇਰੇ ਖਿਆਲ ਨਾਲ ਇਹਨਾਂ ਨੇ ਡੋਗ ਸਕੁਐਡ ਵਾਲੇ ਵੀ ਬੁਲਾਏ ਆ CFLL ਵੀ ਬਣਾਏ ਆ ਉਹਨਾਂ ਨੇ ਅਤੇ ਦੇਖੋ ਹੁਣ ਕੀ ਉਹ ਕਰ ਰਹੇ ਕੋਸ਼ਿਸ਼ ਕਰ ਰਹੇ ਪੂਰੀ ਆਪਣੇ ਵੱਲੋਂ ਪੂਰੀ ਜ਼ੋਰ ਕੋਸ਼ਿਸ਼ ਕਰ ਰਹੇ ਹਾਂ ਅਸੀਂ ਵੀ ਪਿੰਡ ਦਾ ਸਰਪੰਚ ਹੋਣ ਦੇ ਨਾਤੇ ਮੈਂ ਕਹਿੰਦਾ ਵਿਚਾਰੀ ਆਪਣਾ ਕੰਮ ਕਾਰ ਕਰਦੀ ਸੀ ਵਧੀਆ ਲੇਡੀ ਸੀ ਅਤੇ ਬੱਚੇ ਪਾਲਦੇ ਸੀ ਬੇਟਾ ਬੇਟੀ ਆ ਉਹਨਾਂ ਕੋਲ ਅਤੇ ਮੈਂ ਚਾਹੁੰਦਾ ਇਨਸਾਫ਼ ਮਿਲਣਾ ਚਾਹੀਦਾ ਜਲਦੀ ਤੋਂ ਜਲਦੀ ਜੋ ਵੀ ਜਿਹਨੇ ਵੀ ਇਹ ਕਾਰਿਆ ਕਰਿਆ ਉਹ ਜੇਲ੍ਹ ਦੇ ਅੰਦਰ ਹੋਣਾ ਚਾਹੀਦਾ ਉਹਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਕੀ ਇਹ ਕੋਈ ਜ਼ਮੀਨ ਜਾਇਦਾਦ ਦਾ ਰੌਲਾ ਸੀ ਜਾਂ ਕੋਈ ਲੁੱਟ ਸੁੱਟ ਦਾ ਮਾਮਲਾ ਸੀਗਾ ਕੀ ਲੱਗ ਰਿਹਾ ਤੁਹਾਨੂੰ ਆਪਾਂ ਕੁਛ ਨਹੀਂ ਕਹਿ ਸਕਦੇ ਜਾਇਦਾਦ ਦਾ ਤਾਂ ਕੋਈ ਇਹਨਾਂ ਦੇ ਪਰਿਵਾਰ ਦਾ ਹੈ ਨਹੀਂ ਸਭ ਆਪਣੀ ਆਪਣੀ ਠੀਕ ਹੈ ਤਕਸੀਮ ਜ਼ਮੀਨ ਹੋਈ ਕੋਈ ਇੱਦਾਂ ਦਾ ਪਰਿਵਾਰ ਦੇ ਵਿੱਚ ਜਾਇਦਾਦ ਵਾਲਾ ਕੋਈ ਅੱਜ ਤੱਕ ਰੌਲਾ ਨਹੀਂ ਸੁਣਿਆ ਇਹਨਾਂ ਦੇ ਪਰਿਵਾਰ ਦੇ ਵਿੱਚ ਆਪਸ ਵਿੱਚ ਅਤੇ ਬਾਕੀ ਹੁਣ ਬਾਕੀ ਤਾਂ ਵਿਚਾਰੀ ਜਾਣ ਵਾਲੀ ਨੂੰ ਪਤਾ ਹੋਊਗਾ ਜਾਂ ਜਿਹਨੇ ਕਰਿਆ ਉਹ ਕਿਸ ਮੈਂ ਉਹਦੀ ਕੀ ਮਨਸ਼ਾ ਸੀ ਕਰਨ ਦੀ ਵੀ ਉਹਨੇ ਕਿਉਂ ਕਰਿਆ ਇਹੋ ਜਿਹਾ ਘਨੌਣਾ ਕਾਰਨਾਮਾ ਗਲਤ ਕਰਿਆ ਬੱਚਿਆਂ ਨੂੰ ਬਾਰੇ ਸੋਚਣਾ ਚਾਹੀਦਾ ਸੀ ਥੋੜ੍ਹਾ ਜੋ ਸਰਪੰਚ ਸਾਹਿਬ ਇਹ ਘਟਨਾਵਾਂ ਨੇ ਦਿਨ ਪ੍ਰਤੀ ਦਿਨ ਪੰਜਾਬ ਦੇ ਵਿੱਚ ਵੱਧਦੀ ਜਾ ਰਹੀਆਂ ਨੇ ਇਸ ਦੇ ਬਾਰੇ ਕੋਈ ਵਿਚਾਰ
मैं तो यही कहूँगा, देखो दावे तो बहुत हर सरकार आँदी है, दावे बड़े बड़े करती है भी असं कानून करोंगे, असी जड़े यहजे आंसर है उन्होंने ठल पावे करोंगे, पर कई गल् मैं लगता कह दल होंगे। बट देखो हूँ पता नहीं वो प्रशासन किस लैवल की कार्रवाई करता है, तो मैं तो कहना जल्दी जल्दी फड होना चाहिए जिसने भी गलत काम कर। अकाली दल संबंधित हो, अकाली लीडर हो, तो पंजाब आपकी सरकार है, तो लग रहा है? देखो मैं तो कहना सरकार, चलो लोगों ने चुनी है सरकार, पर सरकार अगर यही करते हैं भी दिन ब दिन किन्न पहला किन्ने सिंगर से सिद्धू मूसेवाला है ना गैंगस्टर दिन असी सोचते भी यह सरकार ही कुछ करूगी तो गैंगस्टर ठल पाऊगी, पर मैं लगता है ये दिन ब दिन बढ़ता ही जा रहा है। तो हाँ जी हूँ तो पिंड शहर देखो छोटी छोटी अवस्थ होर भी कहने बहुत गल्ला कह के लेके आए हैं, महला क्लीनिक भी कहने साढ़े पिंड की। मैं थोड़ा छोटी जी गल ये जोड़ना चाहता, एक डिस्पेंसरी है जो सत्त अठ पिंड अटैच ने, उत्थे भी मैं चाहना भी मेडिकल सहूलत मौके दी मिलनी चाहिए जो कि ना दार दी है। इस टाइम साढ़े सरपंच मनमोहन सिंह मालते हरजिंदर कौर, उम्र करीब 45 साल दी, वो आवाड़े के नाल ही घर हैगा जी, घर छड़ के इत्थे सवेरे धारा कढ़न आई सी जी, उस तो बाद जो जापदा है क्रिमिनली सीन ऑफ क्राइम तो भी ओदा मर्डर कर दिता गया जी। ते की लग रहा थानू ये मसला? अजे तो तफ्तीश जारी है जी, देखते हैं थानू जिन्ना दस्या है भी ये सीन सीबी केस ऑफ मर्डर। तो पुलिस इस संबंध किस तरह केस दर्ज कर रही है? ओबियसली जी 302 दा ही दर्ज करांगे मर्डर दा जी। अनपछाते बंदे दी कोई पहचान हुई किसी दी सीसीटीवी विच? अजे किसी की पछाण नहीं हुई है। सीसीटीवी तुम खंगाल लिया कुछ निकला? कुछ कोई एक शक्की बंदा लग रहा जी, हजे उन्होंने देख रहे दोबारा। किन्ने बजे का टाइम सी दिख रहा? तकरीबन 3:15 बजे का सवेरे सट किन्नी लगी हुई जेडे मिले ने? सट काफी है जी, बैक ते हैगी है, गर्दन दे बैक ते सट। तुहानू किस टाइम पता लगया सीगा तुसीं पुलिस के पहुंच गए सी मौके ते किस टाइम? ये जो पता लग गया जी, ये लेडी अपने घरों तकरीबन 4:45 बजे आई है जी, तो 6 बजे इन्हों की जी गोहा चकन वाली लेडी आँदी उन्हें आके देखा जी।